ਚਟਾਇਆ ਹੈਗਾ ਵਾ ਜਿਹੜਾ ਕਿ ਡੈਡ ਸੰਦੀਪ ਸਿੰਘ ਜੀ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਕੁਝ ਪਤਾ ਲੱਗਾ ਇਹ ਜੀ ਸਾਡੇ ਕੋਲ ਜਦੋਂ ਆਏ ਨੇ ਇਹ 6:50 ਦੇ ਕਰੀਬ ਆਏ ਨੇ ਤੇ ਹੈ ਨਹੀਂ ਸੀ ਮਰੀਜ਼ ਉਸ ਟਾਈਮ ਕੋਈ ਸਾਹ ਸਾਥ ਨਹੀਂ ਸੀਗਾ ਮਤਲਬ ਪੂਰੀ ਤਰ੍ਹਾਂ ਚੈੱਕ ਕੀਤਾ ਈ ਸੀ ਜੀ ਵਗੈਰਾ ਸਭ ਕੁਝ ਕੀਤਾ ਪਰ ਕੋਈ ਬੀ ਪੀ ਬਸ ਰਿਕਾਰਡ ਹੋਇਆ ਪੁਤਲੀਆਂ ਡਿਲੇਟਡ ਸੀਗੀਆਂ ਨਹੀਂ ਸੀ ਹੈਗੇ ਨੇ ਗੋਲੀਆਂ ਵਗੈਰਾ ਲੱਗੀਆਂ ਇਹਦੇ ਹਾਂਜੀ ਇੰਜਰੀ ਗੋਲੀਆਂ ਮਾਰਕਸ ਹੈਗੇ ਨੇ ਬਾਡੀ ਉੱਤੇ ਕਾਫੀ ਸਾਰੇ ਕਾਫੀ ਜ਼ਿਆਦਾ ਨੇ ਮੱਥੇ ਤੇ ਵੀ ਪੂਰੀ ਬਾਡੀ ਤੇ ਵੀ ਨੇ ਐਗਜ਼ਾਮੀਨੇਸ਼ਨ ਹੋਇਆ ਸਰ ਕਿੰਨੀਆਂ ਲੱਗੀਆਂ ਹੋਈਆਂ ਸਰ ਹਾਲੇ ਚੱਲ ਰਿਹਾ ਜੀ ਐਗਜ਼ਾਮੀਨੇਸ਼ਨ ਡਾਕਟਰ ਦੇਖ ਰਹੇ ਨੇ ਤੇ ਕਾਫੀ ਜ਼ਿਆਦਾ ਦੇਖਣ ਨੂੰ 10 ਤੋਂ ਜ਼ਿਆਦਾ ਲੱਗ ਰਹੀਆਂ ਨੇ ਤੇ ਸਰ ਇਹ ਪਤਾ ਲੱਗਾ ਕਿ ਕਿੱਥੇ ਇਹ ਜਿਹੜਾ ਹੈਗਾ ਘਟਨਾ ਹੋਈ ਹੈਗੀ ਹੈ ਇਹ ਜੀ ਕੋਈ ਜਿਵੇਂ ਨਾਲ ਦੇ ਦੱਸ ਰਹੇ ਕਿ ਮੱਲੀਆਂ ਦੇ ਉੱਥੇ ਨੀਵੀਂ ਮੱਲੀਆਂ ਕੋਈ ਟੂਰਨਾਮੈਂਟ ਸੀ ਉੱਥੇ ਇੰਸੀਡੈਂਸ ਹੋਇਆ ਇਹ ਤੇ ਇਹ ਜਿਹੜਾ ਸੰਦੀਪ ਹੈਗਾ ਇਹ ਖਿਡਾਰੀ ਵਗੈਰਾ ਸੀ ਜਾਂ ਕਿਸ ਤਰ੍ਹਾਂ ਹਾਂਜੀ ਨਾਲ ਦੇ ਹੀ ਯਾਰ ਬੜਾ ਅੱਛਾ ਮਤਲਬ ਰਿਪਿਊਟਡ ਖਿਲਾੜੀ ਸੀ ਤੇ ਕੋਈ ਆਇਆ ਇੱਕਦਮ ਅਟੈਕ ਕਰਕੇ ਨਿਕਲ ਗਏ ਤੇ ਇਹਦੇ ਨਾਲ ਕੋਈ ਹੋਰ ਵੀ ਹੈਗਾ ਸਾਡੇ ਕੋਲ ਤਾਂ ਇਹੀ ਆਇਆ ਜੀ ਇਹਨੂੰ ਨਾਂ ਦੇ ਲੈ ਕੇ ਆਏ ਨੇ ਤੇ ਬਾਕੀ ਇਹਦਾ ਮੈਨੂੰ ਨੌਲੇਜ ਨਹੀਂ ਹੈ।